ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਮਿਤ ਖੰਨਾ ਹੋਮ ਗਲੋਬਲ ਸ਼ੈਪਰਟਨ ਮੈਲਬਨ ਤੋਂ ਲਾਈਵ ਹੋਏ ਹਾਂ ਜੀ। ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਬੱਡੀ ਮੇਲਾ, ਹੋਮ ਗਲੋਬਲ ਕਬੱਡੀ ਮੇਲਾ ਸ਼ੈਪਰਟਨ ਮੈਲਬਨ ਦੇ ਵਿੱਚ ਹੋ ਰਿਹਾ। ਸ਼ੈਪਰਟਨ ਮੈਲਬਨ ਤੋਂ ਕੁਛ 2 ਘੰਟੇ ਦੂਰੀ 'ਤੇ ਹੈ ਅਤੇ ਹਰ ਸਾਲ ਕਬੱਡੀ ਮੇਲਾ ਪੰਜਾਬੀ ਖੇਡਾਂ ਹੁੰਦੀਆਂ। ਇਹ ਪੰਜਾਬ ਸਪੋਰਟਸ ਕਲੱਬ ਸ਼ੈਪਰਟਨ ਵੱਲੋਂ ਔਰਗਨਾਈਜ਼ ਕੀਤਾ ਗਿਆ ਅਤੇ ਓਮ ਗਲੋਬਲ ਇਹਨਾਂ ਦੇ ਗੋਲਡ ਸਪੋਂਸਰ ਨੇ ਜੀ। ਅਤੇ ਉਹੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿੱਦਾਂ ਸਾਡੀ ਪੰਜਾਬੀ ਕਮਿਊਨਿਟੀ ਜਿਹੜੀ ਇਕੱਠ ਹੁੰਦੀ ਹੈ ਅਤੇ ਉਹੀ ਪੰਜਾਬ ਦੀਆਂ ਖੇਡਾਂ ਜਿਹੜੀਆਂ ਇੱਥੇ ਪੰਜਾਬ ਲੰਗਰ ਹੀ ਮਨਾਈਆਂ ਜਾਂਦੀਆਂ, ਨਾਲ ਲੰਗਰ ਚੱਲਦਾ ਗੁਰੂ ਦਾ, ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ। ਇਹ ਹੈ ਜੀ ਲੰਗਰ ਹਾਲ ਸ਼ੈਪਰਟਨ ਵਿਖੇ। ਨਾ ਬੋਲੀ ਦਾ ਸੰਗੀਤ ਗੁਰਤੀ ਤੁੱਤੀ ਪੰਜਾ ਪਾਣੀਆਂ ਸਾਡੀ ਜਗ ਤੋਂ ਵੱਖਰੀ ਸ਼ਾਨ ਗੱਭਰੂ ਬੁਲੇਗਾ ਦੇਸ਼ ਪੰਜਾਬ ਦੇ ਸਾਨੂੰ ਜਾਣੇ ਕੁੱਲ ਜਹਾਨ ਸਾਨੂੰ ਜਾਣੇ ਕੁੱਲ ਜਹਾਨ ਸਿੰਘਾਂ ਵੀ ਜਹਾਨ ਜਾਣਦਾ ਇਹ ਸਿੰਘਾਂ ਨੇ ਰੇਲਾਂ ਰੋਕੀਆਂ ਕਿ ਨੇਜਿਆਂ ਉੱਤੇ ਪੱਕੇ ਟੰਗਾਏ ਉੱਤੋਂ ਲਗਾਈਆਂ ਰੇਲਾਂ ਸੋਗਾ ਪੱਟ ਕੇ ਲੰਘ ਜਾਂਦੇ ਹੈ ਵੀ ਪਹਿਲੀ ਤੱਕ ਦੀਆਂ ਖੇਲਾਂ ਸ਼ੈਪਰਟਨ ਵਿਖੇ ਸ਼ੈਪਰਟਨ ਮੈਲਬਨ ਤੋਂ ਹੋ ਰਿਹਾ ਮੈਦਾਨ ਦੇ ਵਿੱਚ ਹੋਮ ਗਲੋਬਲ ਜਿਹੜੇ ਇਹਨਾਂ ਦੇ ਸਪੌਂਸਰ ਨੇ। ਜਵਾਕ ਬਹੁਤ ਵਧੀਆ ਦਿਨ ਹੈ ਜੀ, 26 ਡਿਗਰੀ ਟੈਂਪਰੇਚਰ ਹੈ, ਜਲ ਦੀ ਸੇਵਾ ਤਾਂ ਪੂਰੀਆਂ ਫੈਮਲੀਆਂ ਆਪਣੀਆਂ ਪੰਜਾਬੀ ਧੁੱਪ ਦਾ ਨਜ਼ਾਰਾ ਲੈ ਰਹੀਆਂ ਜੀ ਅਤੇ ਖੇਡਾਂ ਇੰਜੋਏ ਕਰ ਰਹੀਆਂ। ਬੜਾ ਵਧੀਆ ਫੈਮਲੀ ਡੇ ਆਊਟ ਵੀ ਮਨਾਇਆ ਜਾ ਰਿਹਾ। ਤੁਸੀਂ ਦੇਖੋ ਬਹੁਤ ਸਾਰੇ ਨਿਊਜ਼ ਚੈਨਲ ਹੈ ਜਿਹੜੇ ਕਵਰ ਵੀ ਕਰ ਰਹੇ ਆ ਅਤੇ ਪੰਜਾਬ TV 'ਤੇ ਲਾਈਵ ਟੈਲੀਕਾਸਟ ਹੋ ਰਿਹਾ ਜੀ ਕਬੱਡੀ ਮੇਲਾ। ਬਿਲਕੁਲ ਪੰਜਾਬ ਵਰਗਾ ਨਜ਼ਾਰਾ ਹੈ ਜੀ, ਲੱਗਦਾ ਹੀ ਨਹੀਂ ਕਿ ਤੁਸੀਂ ਆਸਟ੍ਰੇਲੀਆ ਬੈਠੇ ਹੋ। ਫਿਰ ਤੋਂ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਨੂੰ ਦਿਖਾਇਆ ਇਹ ਖੇਡ ਮੇਲਾ ਹੋ ਰਿਹਾ ਕਬੱਡੀ ਟੂਰਨਾਮੈਂਟ ਮੈਲਬਨ ਆਸਟ੍ਰੇਲੀਆ ਵਿੱਚ ਸ਼ੈਪਰਟਨ। ਪੂਰੀ ਆਪਣੀ ਪੰਜਾਬੀ ਕਮਿਊਨਿਟੀ ਇੱਥੇ ਪਹੁੰਚੀ ਹੈ ਜੀ, ਸਾਰੀ ਫੈਮਲੀਜ਼ ਨਾਲ ਆਏ ਨੇ। ਤੁਸੀਂ ਵੀ ਮੈਲਬਨ ਰਹਿੰਦੇ ਹੋ ਜਾਂ ਕੋਲ ਰਹਿੰਦੇ ਹੋ, ਤੁਸੀਂ ਵੀ ਆ ਸਕਦੇ ਹੋ ਸ਼ੈਪਰਟਨ ਦੇ ਵਿੱਚ ਕਬੱਡੀ ਮੇਲਾ। ਸਤਿ ਸ਼੍ਰੀ ਅਕਾਲ।